ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਹੁਣ ਸਮਾਂ ਜੀ ਤੁਹਾਡੇ ਗੱਲ ਵੀ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵਰਜੀਨੀਆ ਤੋਂ ਬੋਲ ਰਿਹਾ ਜੀ। ਤੇ ਤੁਹਾਡਾ ਜਿਹੜਾ ਮੁੱਦਾ ਹੈਗਾ ਬਿਲਕੁਲ ਠੀਕ ਹੈਗਾ, ਤੇ 1984 ਦਾ ਜਿਹੜਾ ਮਸਲਾ ਹੈਗਾ ਉਹ ਹਰ ਇੱਕ ਪੋਲੀਟੀਕਲ ਪਾਰਟੀ ਲਈ ਇੱਕ ਪੋਲੀਟੀਕਲ ਗੇਮ ਤੋਂ ਵੱਧ ਕੁਛ ਨਹੀਂ ਹੈਗਾ ਜੀ। ਸਿੱਖਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਜੀ। ਅਗਰ ਜਦੋਂ ਸੰਵਿਧਾਨ ਵੀ ਲਿਖਿਆ ਗਿਆ, ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਨੇ ਤੇ ਸਾਈਨ ਕੀਤੇ ਸੀ, ਉਸ ਵੇਲੇ ਦੀ ਲੀਡਰਸ਼ਿਪ ਨੇ ਵੀ ਉਹਨਾਂ ਨੂੰ ਵਿਊਜ਼ ਉਹਨਾਂ ਦੇ ਲੈਣ ਦੀ ਬਜਾਏ ਉਹਨਾਂ ਦੇ ਬਿਨਾਂ ਸਾਈਨ ਤੋਂ ਸੰਵਿਧਾਨ ਲਾਗੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਏਸ਼ੀਅਨ ਗੇਮਾਂ ਦੌਰਾਨ 1982 ਚ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਟਰੱਕ ਡਰਾਈਵਰ ਦਾ ਰੂਪ ਧਾਰਨ ਕਰਕੇ ਸੰਵਿਧਾਨ ਨੂੰ ਛਾਣਨ ਗਏ ਸੀ। ਅੱਜ ਇਹਨਾਂ ਦੇ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਸੰਵਿਧਾਨ ਦੀਆਂ ਸਾਰੀਆਂ ਗੱਲਾਂ ਸੁਣਾ ਰਹੇ ਨੇ। ਸੋ ਚਾਹੇ ਉਹ ਕਾਂਗਰਸ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਆਮ ਆਦਮੀ ਪਾਰਟੀ ਤੇ ਉਸ ਤੋਂ ਸਪੈਸ਼ਲੀ ਜਿਹੜੇ ਇਹਨਾਂ ਦਾ ਦਿੱਲੀ ਦਾ ਕੇਡਰ ਆ ਪੰਜਾਬ ਆਦਮੀ ਪਾਰਟੀ ਦਾ, ਕੇਜਰੀਵਾਲ ਕਦੇ ਵੀ ਸਿੱਖਾਂ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ ਤੇ ਨਾ ਹੀ ਉਹਨਾਂ ਨਾਲ ਉਹਦੀ ਕੋਈ ਹਮਦਰਦੀ ਸੀ। ਸਿਰਫ ਸਿੱਖਾਂ ਦੀਆਂ ਵੋਟਾਂ ਲੈਣੀਆਂ ਚਾਹੁੰਦਾ ਸੀ ਤੇ ਇੱਕ ਬਾਹਰੋਂ ਡਿਕਟੇਟਰ ਲਿਆ ਕੇ ਪੰਜਾਬ। ਸੁਖਪਾਲ ਸਿੰਘ ਖਹਿਰਾ ਨੇ ਬਿਲਕੁਲ ਠੀਕ ਕਿਹਾ, ਅਗਰ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਨੂੰ ਖੁਦਮੁਖਤਿਆਰੀ ਸਰਦਾਰ ਕਪੂਰ ਸਿੰਘ ਤੇ ਟੋਟਲ ਖੁਦਮੁਖਤਿਆਰੀ ਅਮੈਰੀਕਾ ਰਿਪਬਲਿਕ ਆਫ ਇੰਡੀਆ ਬਣਾਉਣ ਦੀ ਗੱਲ ਕਰਦੇ ਸੀ ਤੇ ਉਹ ਖੁਦਮੁਖਤਿਆਰੀ ਇੱਕ ਪਾਰਟੀ ਨੂੰ ਨ਀ ਦੇ ਰਹੇ, ਕਿੱਧਰ ਨੂੰ ਚੱਲੇ ਆ? ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨੀ ਮਿਲਿਆ। ਅੱਜ ਟਾਈਮ ਹੈ, ਅਗਰ ਇਹਨਾਂ ਨੇ 34 ਸਾਲ ਬਾਅਦ ਵੀ ਇਹਨੂੰ ਕਰੈਕਟ ਕਰਨਾ, ਇਹਨੂੰ ਕਰੈਕਟ ਕਰਕੇ ਤਾਂ ਕਿ ਸਿੱਖਾਂ ਨੂੰ ਜੇ ਹੁਣ ਵੀ ਇਨਸਾਫ਼ ਦਿੰਦੇ ਨੇ, ਚਾਹੇ ਬਹੁਤ ਲੇਟ ਹੋ ਗਿਆ ਪਰ ਲੇਟ ਚਾਹੇ ਦੁਰਸਤ ਆਵੇ, ਦੁਰਸਤ ਜੇ ਅਗਰ ਵੀ ਹੁੰਦਾ ਇਹਦੇ ਨਾਲ ਵੀ ਸਿੱਖਾਂ ਦੇ ਮਨ ਨੂੰ ਸ਼ਾਂਤੀ ਮਿਲੇਗੀ। ਪਰ ਇਹਨਾਂ ਨੂੰ ਕੋਈ ਆਸ ਬਹੁਤੀ ਹੈ ਨੀ ਗੀ ਜੁਡੀਸ਼ੀਅਲ ਸਿਸਟਮ ਤੋਂ, ਕਿਉਂਕਿ ਜੁਡੀਸ਼ੀਅਲ ਜਿਹੜਾ ਸਿਸਟਮ ਹੈਗਾ ਉਹ ਹਮੇਸ਼ਾ ਮਨਿਓਰਟੀ ਦੇ ਉੱਪਰ ਡੰਡਾ ਕਸਣ ਲਈ ਹੈ। ਸੋ ਕੱਲ ਨੂੰ 15 ਅਗਸਤ ਇਹਨਾਂ ਨੇ ਮਨਾਉਣਾ ਸਿੱਖਾਂ ਲਈ, ਤੇ ਬੜੀ ਮਾੜਾ ਦਿਨ ਹੈਗਾ ਕਿਉਂਕਿ ਨਾ ਸਾਡਾ ਸੰਵਿਧਾਨ ਤੇ ਸਾਈਨ ਤੇ ਨਾ ਸਾਨੂੰ ਆਜ਼ਾਦੀ ਮਿਲੀ ਜਿਹੜੀ ਕਿ ਨਹਿਰੂ ਗਾਂਧੀ ਸਾਰਿਆਂ ਨੇ ਸਾਨੂੰ ਮੰਨੀ ਸੀ ਵੀ ਸਿੱਖਾਂ ਨੂੰ ਆਜ਼ਾਦੀ ਦੇ ਨਾਲ ਉੱਤਰੀ ਭਾਰਤ ਦੇ ਵਿੱਚ ਰਹਿ ਸਕਣਗੇ। ਕਿੱਥੇ ਉਹ ਖਿੱਤਾ ਜਿੱਥੇ ਸਿੱਖ ਆਜ਼ਾਦੀ ਨਾਲ ਆਪਣੀ ਗੱਲ ਕਰ ਸਕਣ? ਬਿਲਕੁਲ, ਸਿੱਖਾਂ ਦੀ ਆਜ਼ਾਦੀ ਹੋਇਆ ਕਿ ਜਦ ਇਨਸਾਫ਼ ਮਿਲ ਜਾਏਗਾ ਕਿ ਕਿੱਥੇ ਨਾ ਕਿੱਥੇ ਉਹ ਆਜ਼ਾਦੀ ਹੋਏਗੀ ਸਿੱਖਾਂ ਦੇ ਲਈ। ਫਰੀਡਮ, ਅਸੀਂ ਅੱਜ ਫਰੀਡਮ ਦੀ ਗੱਲ ਕਰਦੇ ਹਾਂ, ਕੱਲ 72 ਲਗਭਗ ਇੰਡੀਪੈਂਡੈਂਸ ਡੇ ਜਿਹੜਾ ਹੁਣ ਇੰਡੀਆ ਬਣਾਏਗਾ, ਤੇ ਉਸ ਇੰਡੀਪੈਂਡੈਂਸ ਡੇ ਦੇ ਵਿੱਚ ਇਹ ਆਜ਼ਾਦੀ ਅਗਰ ਸਿੱਖ ਕਮਿਊਨਿਟੀ ਦੀ ਮੰਨੀਏ ਤਾਂ ਉਹ ਮੰਨਦੇ ਨਹੀਂ ਕਿ ਸਾਡੀ ਆਜ਼ਾਦੀ ਤੇ ਉਹ ਹੈ ਕਿ ਜਦ ਸਾਨੂੰ ਇਨਸਾਫ਼ ਮਿਲ ਜਾਏਗਾ। ਦੇਖੋ, ਸਿੱਖ ਜੋ ਕਮਿਊਨਿਟੀ ਹੈ, ਸਿੱਖ ਬਰਾਦਰੀ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦਾ ਇੰਤਜ਼ਾਰ ਕਰ ਰਹੀ, 34 ਸਾਲ ਤੋਂ ਇਨਸਾਫ਼ ਦਾ ਇੰਤਜ਼ਾਰ ਹੋ ਰਿਹਾ, ਜਿਸ ਤਰ੍ਹਾਂ ਉਹ ਦਰਸ਼ਕ ਉਹਨਾਂ ਨੇ ਸਾਡੇ ਵਿਊਰਸ ਉਹ ਵੀ ਕਹਿ ਰਹੇ ਨੇ ਕਿ ਹੁਣ ਵੀ ਸਰਕਾਰ ਦੇ ਕੋਲ ਟਾਈਮ ਹੈ, ਹੁਣ ਵੀ ਕਰੈਕਟ ਕਰ ਲਓ, ਘੱਟ ਤੋਂ ਘੱਟ ਇਨਸਾਫ਼ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਜੇ ਇਰਾਦਾ ਸਾਫ਼ ਹੋਏਗਾ, ਨੀਅਤ ਸਾਫ਼ ਹੋਏਗੀ ਤਾਂ ਇਨਸਾਫ਼ ਹੀ ਹੋ ਜਾਏਗਾ। ਬਿਲਕੁਲ, ਮੈਂ ਉਹਨਾਂ ਕਾਲਰਸ ਨੂੰ ਦਰਖਵਾਸਤ ਕਰਾਂਗਾ ਕਿ ਜੋ ਮੈਨੂੰ ਕਾਲ ਕਰ ਰਹੇ ਨੇ, ਜਿਨ੍ਹਾਂ ਦੀ ਮੈਂ ਕਾਲ ਨੂੰ ਨਹੀਂ ਚੱਕ ਪਾਇਆ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਤੁਸੀਂ ਅਗਰ ਚਾਹੁੰਦੇ ਹੋ ਕਿ ਕਈ ਅਜਿਹੇ ਹੋਰ ਮਸਲੇ ਵੀ ਅਸੀਂ ਲੈ ਕੇ ਆਈਏ ਤਾਂ ਉਹ ਵੀ ਤੁਸੀਂ ਮੈਨੂੰ ਜ਼ਰੂਰ ਲਿਖਿਓ, ਲੇਕਿਨ ਅੱਜ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਲੇਕਿਨ ਜਿਹੜੇ ਤੁਸੀਂ ਫੀਡਬੈਕ ਸਾਨੂੰ ਦਿੱਤੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਉਹਨਾਂ ਪੈਰੋਕਾਰਾਂ ਦੇ ਕੰਨਾਂ ਤੱਕ ਪਹੁੰਚਾਈਏ, ਤਾਂ ਕਿ ਜਿਹੜੇ ਇੰਟਰਨੈਸ਼ਨਲ ਪੱਧਰ 'ਤੇ ਗੱਲ ਹੋ ਰਹੀ ਹੈ ਉਹ ਵੀ ਉਹਨਾਂ ਦੇ ਕੋਲ ਪਹੁੰਚੇ। ਅਤੇ ਮੈਨੂੰ ਅਤੇ ਨਵੀਨ ਸ਼ਰਮਾ ਜੀ ਹੋਰਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰਾਖਾ।